ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਯੂਟਿਊਬ ਚੈਨਲ ਅਤੇ ਪੇਜ ਉੱਤੇ ਸਵਾਗਤ ਹੈ। ਅੱਜ ਜੀ ਆਪਾਂ ਮੁੜੇ ਲੈ ਕੇ ਆਏ ਹਾਂ ਅੰਮ੍ਰਿਤਸਰ ਸ਼ਾਹੀ ਪੱਗ ਜੀ ਲੈਂਥ ਹੈਗੀ ਆ 7.5 ਮੀਟਰ ਕੱਪੜੇ ਜਿਹੜਾ ਉਹ ਫੁੱਲ ਕਰਤੇ ਆ, ਜਿਹੜਾ ਆਪਾਂ ਪਹਿਲਾਂ ਲਗਾਉਣਾ ਸਾਡੇ ਸੈਂਟਰ 'ਤੇ ਲਗਾਉਣਾ ਲੜਨ ਨੂੰ। ਹੁਣ ਇਹ ਹਲਦਾ ਵਾ ਥੱਲੇ ਰਹਿ ਕੇ ਬੰਪਰ ਰਹਿ ਕੇ ਦੋਈ ਪੱਲੇ ਇਕੱਠੇ ਕਰਕੇ ਲੜਨ ਨੂੰ ਸਾਫ਼ ਕਰਕੇ ਲਗਾ ਦੇਣਾ। ਅਗਲਾ ਲੜ ਲਾਉਣਾ, ਲੜਨ ਨੂੰ ਵੈਗ ਤੋਂ ਪਿੰਚ ਕਰਾਂਗੇ। ਪੁਣੀ ਹਲਦਾ ਵਾ ਥੱਲੇ ਰਹਿ ਕੇ ਬੰਦ ਪਵਿੱਤਰ ਰਹਿ ਕੇ ਦੋਈ ਪੱਲੇ ਇਕੱਠੇ ਕਰਾਂਗੇ। ਦੋਈ ਪੱਲੇ ਇਕੱਠੇ ਕਰਕੇ ਹਲਕਾ ਜਿਹੜਾ ਲੜਨ ਨੂੰ ਥੱਲੇ ਆਪਾਂ ਜਿਹੜਾ ਫੋਲਡ ਕਰਾਂਗੇ, ਥੱਲੇ ਹਲਕਾ ਲੜਨ ਨੂੰ ਫੋਲਡ ਕਰਕੇ ਅਤੇ ਲੜਦੀ ਆਪਾਂ ਥੋੜ੍ਹਾ ਜਿਹੀ ਜ਼ਿਆਦਾ ਰੱਖਾਂਗੇ ਅਤੇ ਉਹਦੇ ਵਿੱਚੋਂ ਅੱਧ ਦੇ ਵਿੱਚ ਉਹਨੂੰ ਫੋਲਡ ਕਰਾਂਗੇ। ਅੱਧ ਦੇ ਵਿੱਚੋਂ ਫੋਲਡ ਕਰਕੇ ਦੋਈ ਜਿਹੜਾ ਇੱਕ ਆਪਣਾ ਇੱਕ ਲੜ ਬਣ ਜਾਊਗਾ। ਇੱਕ ਲੜ ਬਣਾ ਕੇ ਦੋਈ ਲੜ ਜਿਹੜੇ ਆਪਾਂ ਬਣਾ ਕੇ ਫਿਰ ਇਕੱਠੇ ਕਰ ਲੈਣੇ ਆ ਅਤੇ ਉਹਨਾਂ ਨੂੰ ਪਿੱਛੇ ਤੱਕ ਚੰਗੀ ਤਰ੍ਹਾਂ ਉਂਗਲੇ ਅੰਗੂਠੇ ਨਾਲ ਸੈੱਟ ਕਰ ਲੈਣਾ ਅਤੇ ਦੋਈ ਲੜ ਪਿੱਛੇ ਤੱਕ ਬਣਾ ਕੇ ਲੜ ਨੂੰ ਡੂੰਘਾਈ 'ਚ ਕਰਕੇ ਦੋਈ ਲੜ ਆਪਾਂ ਜਿਹੜੇ ਡੂੰਘਾਈ 'ਚ ਕਰਕੇ ਲਗਾਵਾਂਗੇ ਤਾਂ ਜਿਹੜੇ ਉਹਨਾਂ ਦੀ ਸਫਾਈ ਆ ਜਿਹੜੀ ਵੱਧ ਆ ਜਾਵੇ ਅਤੇ ਨਾਲ ਨਾਲ ਬਾਜ ਫੇਰ ਕੇ ਉਹਦੀ ਸਫਾਈ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ। ਲੜ ਨੇੜੇ ਉਹ ਲੋਡ ਕਰਕੇ ਲਗਾਵਾਂਗੇ, ਇਹਦਾ ਫਾਸਲਾ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ। ਫਿਰ ਉਸ ਤੋਂ ਬਾਅਦ ਅਗਲਾ ਲੜ ਲਾਉਣਾ, ਲੜ ਨੂੰ ਬੈਗ ਤੋਂ ਪਿੰਚ ਕਰਾਂਗੇ। ਪੁਣੀ ਦਾ ਹਲਦਾ ਬਾਅਦ ਥੱਲੇ ਰੱਖ ਕੇ ਮਤਲਬ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਾਂਗੇ। ਦੋਈ ਪੱਲੇ ਇਕੱਠੇ ਕਰਕੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਲੋਡ ਕਰਨਾ। ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਲੋਡ ਕਰਕੇ ਲੜ ਨੂੰ ਸਾਫ਼ ਕਰ ਲੈਣਾ। ਸਾਫ਼ ਕਰਨ ਤੋਂ ਬਾਅਦ ਉੱਪਰੋਂ ਲੜ ਨੂੰ ਚੰਗੀ ਤਰ੍ਹਾਂ ਲੋਡ ਕਰ ਲੈਣਾ ਅਤੇ ਫਿਰ ਜਿਹੜਾ ਲੜ ਨੂੰ ਡਬਲ ਫੋਲਡ ਕਰਾਂਗੇ। ਲੜ ਨੂੰ ਡਬਲ ਫੋਲਡ ਕਰ ਲੈਣਾ ਜਿਵੇਂ ਤੁਹਾਨੂੰ ਦੱਸਿਆ ਆਪਾਂ ਜਿਹੜਾ ਜਿੱਥੇ ਆਪਣੇ ਖੁੱਲਦਾ ਪਾਸਾ ਹੁੰਦਾ ਥੱਲੇ ਦਾ ਪੁਣੀ ਦਾ, ਉੱਥੋਂ ਹਲਕਾ ਲੜ ਨੂੰ ਫੋਲਡ ਕਰਕੇ ਉਸ ਲੜ ਨੂੰ ਕੜਾਈ 'ਚ ਕਰਨਾ। ਕੜਾਈ 'ਚ ਕਰਕੇ ਲੜ ਨੂੰ ਦੋਈ ਜਿਹੜੇ ਇਕੱਠੇ ਕਰ ਲੈਣੇ ਆ। ਆਪਾਂ ਜਿਹੜੇ ਅੱਧ ਚੋਂ ਲੜ ਨੂੰ ਬਣਾ ਕੇ ਲੜ ਨੂੰ ਡੂੰਘਾਈ 'ਚ ਕਰਕੇ ਉਂਗਲੇ ਅੰਗੂਠੇ ਨਾਲ ਲੋਟ ਕਰਕੇ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਅਤੇ ਜਿੰਨਾ ਆਪਾਂ ਪਲੇਟ ਦਾ ਫਨ ਰੱਖਣਾ ਪਲੇਟ ਦਾ ਫਾਂਸ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾਵਾਂਗੇ। ਅਤੇ ਫਿਰ ਉਸ ਤੋਂ ਬਾਅਦ ਆਪਾਂ ਅਗਲਾ ਲੜ ਲਗਾਉਣਾ, ਲੜਨ ਨੂੰ ਵੈਗ ਤੋਂ ਪਿੰਚ ਕਰਾਂਗੇ। ਦੋਈ ਕਿਨਾਰੇ ਇਕੱਠੇ ਕਰਕੇ ਲੜਨ ਨੂੰ ਚੰਗੀ ਤਰ੍ਹਾਂ ਲੋਡ ਕਰ ਲੈਣਾ। ਲੜਨ ਨੂੰ ਹਲਕਾ ਥੱਲੋਂ ਫੋਲਡ ਕਰਾਂਗੇ। ਹਲਕਾ ਥੱਲੋਂ ਫੋਲਡ ਕਰਕੇ ਲੜਨ ਨੂੰ ਚੜਾਈ 'ਚ ਕਰ ਲੈਣਾ। ਚੜਾਈ 'ਚ ਕਰਨ ਤੋਂ ਬਾਅਦ ਲੜ ਦੇ ਅੱਧ 'ਚੋਂ ਫੋਲਡ ਕਰਾਂਗੇ। ਲੜਨ ਨੂੰ ਅੱਧ 'ਚੋਂ ਫੋਲਡ ਕਰਕੇ ਇੱਕ ਜਿਹੜਾ ਆਪਣਾ ਲੜਾ ਉਹ ਬਣਾ ਕੇ ਅਤੇ ਥੱਲਿਓ ਫਿਰ ਜਿਹੜਾ ਆਪਣਾ ਲੜ ਹੋਊਗਾ ਉਹਨੂੰ ਆਪਾਂ ਬਣਾ ਕੇ ਦੋਈ ਲੜ ਇਕੱਠੇ ਕਰਕੇ ਲੜਨ ਨੂੰ ਡੂੰਘਾਈ 'ਚ ਕਰਕੇ ਲੜਨ ਨੂੰ ਲਗਾਵਾਂਗੇ। ਜਿਹੜਾ ਲੜਨ ਨੂੰ ਲੋਡ ਕਰਕੇ ਚੰਗੀ ਤਰ੍ਹਾਂ ਲਗਾ ਦੇਣਾ। ਲੜ ਚੋੜੇ ਆਪਾਂ ਵਾਲ ਕੱਢ ਕੇ ਲੜਨ ਨੂੰ ਲਗਾਵਾਂਗੇ। ਅਤੇ ਨਾਲ ਜਿਹੜਾ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ।
ਅਤੇ ਨਾਲ ਦੇ ਨਾਲ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰਨੀ ਹੈ, ਜਿਹੜੇ ਆਪਣੇ ਲੜ ਲਾਏ ਸੀ ਉਹਨਾਂ ਵੀ ਜਿਹੜੀ ਆਪਾਂ ਸਫਾਈ ਕਰ ਲੈਣੀ, ਨੋਕ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਆਪਾਂ ਲੜਾਂ ਦੀ ਸਫਾਈ ਕਰਾਂਗੇ। ਜਿਹੜੇ ਆਪਣੇ ਪਿਛਲੇ ਲੜ ਹੋਣਗੇ ਉਹਨਾਂ ਨੂੰ ਸਾਫ਼ ਕਰਨ ਲਈ ਜਿਹੜਾ ਤੁਸੀਂ ਆਪਣਾ ਡਬਲ ਸ਼ੀਸ਼ਾ ਜਿਹੜਾ ਆਪਣਾ ਯੂਜ਼ ਕਰ ਸਕਦੇ ਹੋ। ਅਤੇ ਲੜਾਂ ਦੀ ਜਿਹੜੀ ਆਪਾਂ ਮੋਟਾਈ ਜਿਹੜੀ ਉਹ ਵੀ ਲੋਡ ਕਰ ਲੈਣੀ, ਜੇ ਕਿ ਲੜ ਦੀ ਮੋਟਾਈ ਜ਼ਿਆਦਾ ਰਹਿੰਦੀ ਆ ਤਾਂ ਉਹਦੇ 'ਤੇ ਆਪਾਂ ਜਿਹੜਾ ਬਾਰ ਨਾਲ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਹੈ। ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ, ਲੜ ਨੂੰ ਬੈਗ ਤੋਂ ਪਿੰਚ ਕਰਾਂਗੇ, ਪੂਣੀ ਔਲ ਦੁਆ ਥੱਲੇ ਰੱਖ ਕੇ ਬੰਦ ਪਾ ਉੱਤੇ ਰੱਖ ਕੇ ਚਾਰ ਉਂਗਲੀ ਨਾਲ ਜਿਹੜਾ ਲੜ ਨੂੰ ਉਪਲੋਡ ਕਰਕੇ ਲੜ ਨੂੰ ਆਪਣੇ ਖੁੱਲ੍ਹਦੇ ਪਾਸੇ ਵਿੱਚੋਂ ਅੱਧਾ ਲੜ ਨੂੰ ਫੋਲਡ ਕਰਾਂਗੇ, ਲੜ ਨੂੰ ਫੋਲਡ ਕਰਕੇ ਲੜ ਨੂੰ ਚੜਾਈ 'ਚ ਕਰਾਂਗੇ। ਚੜਾਈ 'ਚ ਕਰਨ ਤੋਂ ਬਾਅਦ ਆਪਾਂ ਜਿਹੜਾ ਉਹਦੇ ਆਪਣੇ ਅੱਧ 'ਚੋਂ ਜਿਹੜੇ ਆਪਣੇ ਦੋ ਲੜ ਇਕੱਠੇ ਕਰਨੇ ਹਨ, ਦੋ ਲੜ ਬਣਾ ਕੇ ਅਤੇ ਇੱਕ ਜਿਹੜਾ ਲੜ ਹੋਊਗਾ ਆਪਣਾ ਬਣਿਆ ਹੋਊਗਾ, ਆਪਾਂ ਜਿਹੜਾ ਅੱਧ 'ਚੋਂ ਇੱਕ ਲੜ ਬਣਾਉਣਾ ਹੈ। ਅਤੇ ਲੜਾਂ ਨੂੰ ਜਿਹੜਾ ਸਾਫ਼ ਕਰਕੇ ਉਹਨਾਂ ਦੀ ਮਿਠਾਈ ਜਿਹੜੀ ਉਹ ਲੋਡ ਕਰਕੇ, ਲੜਾਂ ਦਾ ਫਾਂ ਜਿਹੜਾ ਉਹ ਲੋਡ ਕਰਕੇ ਲੜ ਨੂੰ ਲਗਾ ਦੇਣਾ ਹੈ। ਅਤੇ ਪਰ ਉਸ ਤੋਂ ਬਾਅਦ ਆਪਾਂ ਅਗਲਾ ਲੜਾ ਲਗਾਉਣਾ, ਲੜ ਨੂੰ ਬੈਗ ਤੋਂ ਪਿੰਚ ਕਰਾਂਗੇ, ਲੜ ਨੂੰ ਸਾਫ਼ ਕਰ ਲੈਣਾ ਅਤੇ ਚਾਰ ਉਂਗਲੀ ਨਾਲ ਜਿਹੜਾ ਲੜ ਨੂੰ ਬਲੋਡ ਕਰਕੇ ਲੜ ਨੂੰ ਸਾਫ਼ ਕਰਕੇ ਉਹਦੇ ਵਿੱਚ ਜਿਹੜੇ ਆਪਾਂ ਵਲ ਕੱਢ ਲੈਣੇ ਹਨ, ਉਹਦੇ ਵਿੱਚ ਜਿਹੜੇ ਆਪਾਂ ਵਲ ਕੱਢ ਕੇ ਜਿਹੜਾ ਲੜ ਨੂੰ ਸਾਫ਼ ਕਰਾਂਗੇ। ਫਿਰ ਨੱਕ ਦੀ ਸੀ ਜਿਹੜਾ ਆਪਾਂ ਲੜ ਨੂੰ ਫੋਲਡ ਕਰਨਾ ਹੈ, ਨੱਕ ਦੀ ਸੀ ਜਿਹੜਾ ਆਪਾਂ ਲੜ ਨੂੰ ਫੋਲਡ ਕਰਕੇ ਲੜ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ, ਉਹਦੇ ਵਿੱਚ ਜਿਹੜੇ ਆਪਾਂ ਵਲ ਜਿਹੜੇ ਕੱਢ ਲੈਣੇ ਹਨ। ਅਤੇ ਜਿਵੇਂ ਚੜਾਈ ਰੱਖਣਾ ਚਾਹੁੰਦੇ ਤਾਂ ਜਿਵੇਂ ਚੜਾਈ ਰੱਖ ਕੇ ਲੜ ਨੂੰ ਲੋਡ ਕਰਕੇ 6 ਬੀੜੀ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ। ਅਤੇ ਨਾਲ ਜਿਹੜੇ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ। ਅਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਵੀਡੀਓ ਵੱਧ ਤੋਂ ਵੱਧ ਜ਼ਰੂਰ ਕਰਿਓ ਤਾਂ ਜਿਹੜੇ ਵੀਰਾਂ ਨੂੰ ਅੰਮ੍ਰਿਤਸਰ ਸ਼ਾਹੀ ਪੱਗ ਬਣਨ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਸ ਵੀਡੀਓ ਨੂੰ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਸਲਿਊਸ਼ਨ ਕਰ ਦੇਣ, ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਜਿਹੜੀ ਤੁਹਾਨੂੰ ਪੱਗ ਆ ਕਿਸ ਤਰ੍ਹਾਂ ਦੀ ਲੱਗੀ। ਅਤੇ ਉੱਪਰੇ ਲੜਾਂ ਦੀ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ, ਜਿਹੜੇ ਤੁਸੀਂ ਉੱਪਰੇ ਲੜਾਂ ਨੇ ਉਹਨਾਂ ਦੀ ਸੈਟਿੰਗ ਕਰ ਲਈ, ਜਿਹੜਾ ਤੁਸੀਂ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ, ਨੋਕ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਆਪਣੇ ਲੜ ਨੇ ਉਹ ਵੀ ਲੋਡ ਕਰ ਲੈਣੇ ਹਨ, ਅਤੇ ਲੜਾਂ ਦੀ ਮੋਟਾਈ ਜਿਹੜੀ ਉਹ ਲੋਡ ਕਰ ਲੈਣੀ, ਲੜਾਂ ਦਾ ਫਾਸਲਾ ਜਿਹੜਾ ਉਹ ਲੋਡ ਕਰ ਲੈਣਾ ਹੈ। ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਲੋਡ ਕਰ ਲੈਣੀ ਹੈ।
ਉਸ ਤੋਂ ਬਾਅਦ ਜਿਹੜਾ ਆਪਾਂ ਪੱਗ ਬਣਾਉਣਾ ਨੱਕ 'ਤੇ ਸੀ, ਜਿਹੜਾ ਆਪਾਂ ਪੱਗ ਮੈਂ ਲਗਾ ਕੇ ਫਿਰ ਜਿਹੜਾ ਆਪਾਂ ਕਲ ਜਿਹੜਾ ਲਾਉਣਾ ਲੜਨ ਬੈਗ ਤੋਂ ਪਿੰਚ ਕਰਾਂਗੇ, ਦੋ ਉਹਦੇ ਦੋ ਕਿਨਾਰੇ ਹੋਣਗੇ, ਅੱਧਾ ਤਲ ਫੋਲਡ ਕਰਕੇ ਲੜ ਨੂੰ ਬੈਗ ਤੋਂ ਚੜਾਈ ਚੋਂ ਲੈ ਜਾਣਾ, ਮੂਹਰੇ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਹੈ ਅਤੇ ਲੜ ਚੋੜੇ ਆਪਾਂ ਵਾਲ ਜਿਹੜੇ ਕੱਢ ਲੈਣੇ ਹਨ, ਲੜ ਨੂੰ ਬੈਗ ਤੋਂ ਚੜਾਈ ਚੋਂ ਲੈ ਜਾਣਾ, ਮੂਹਰੇ ਲੈ ਕੇ ਆਪਾਂ ਚੜਾਈ ਘਟਾ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ, ਸਾਫ਼ ਕਰਕੇ ਉਹਦੇ ਵਿੱਚ ਜਿਹੜੇ ਆਪਾਂ ਵਾਲ ਕੱਢ ਕੇ ਫਿਰ ਜਿੰਨਾ ਆਪਾਂ ਪਹਿਲਾਂ ਰੱਖੇ ਰੱਖਣਾ ਆਪਾਂ ਲੜ ਨੂੰ ਅੱਖ ਤਰਾ ਕੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉੱਪਰ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਵਾਲ ਨਾਲ ਕੱਢ ਕੇ ਫਿਰ ਪੱਗ ਵੇਨ ਥੱਲੇ ਰੱਖਾਂਗੇ, ਲੜ ਨੂੰ ਪੱਗ ਵੇਨ ਥੱਲੇ ਰੱਖ ਕੇ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ, ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿਹਨੇ ਵੀ ਚੜਾਈ ਰੱਖਣਾ ਚਾਹੁੰਦੇ ਤਾਂ ਇਹਨੇ ਚੜਾਈ ਰੱਖ ਕੇ ਜਿਹੜਾ ਲੜ ਨੂੰ ਉੱਪਰ ਦੱਬ ਲੈਣਾ ਹੈ, ਜੇ ਤੁਹਾਡਾ ਲੜ ਉੱਪਰ ਖਿਸਕਿਆਂ ਦਾ ਜਾਂ ਘਾਟਿਆਂ ਦਾ ਤਾਂ ਤੁਸੀਂ ਦੋ ਜਾਂ ਤਿੰਨ ਪੱਗ ਜਿਹੜੇ ਲੜਨ ਟਕਾਉਣ ਵਾਸਤੇ ਲਗਾ ਸਕਦੇ ਹੋ। ਅਤੇ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ, ਅਤੇ ਜਿਹੜੇ ਵੀ ਸਾਡੇ ਯੂਟਿਊਬ ਚੈਨਲ ਉੱਤੇ ਮੈਂ ਸਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਜਿਹੜੀ ਵੀ ਸਾਡੇ ਫੇਸਬੁੱਕ ਪੇਜ ਉੱਤੇ ਨੇ ਮੈਨੂੰ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ। ਉਸ ਤੋਂ ਬਾਅਦ ਜਿਹੜਾ ਆਪਾਂ ਸੈੱਟ ਕਰਨਾ ਜਿਹੜਾ ਆਪਾਂ ਪਹਿਲਾਂ ਵਾਲੇ ਇਸਦੇ ਸੈਂਟਰ ਤੋਂ ਉਹਨੂੰ ਬੈਗ ਤੋਂ ਖਿੱਚਣਾ, ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਨੂੰ ਫੈਲਾਇਆ, ਲੜ ਨੂੰ ਫੈਲਾਉਣ ਤੋਂ ਬਾਅਦ ਇੱਕ ਵਾਰ ਜਿਹੜਾ ਰੱਬ ਕੇ ਲੜ ਨੂੰ ਜਿਹੜਾ ਆਪਾਂ ਖਿੱਚਦੇ ਲੜ ਨੂੰ ਖਿੱਚਣ ਤੋਂ ਬਾਅਦ ਜਿੱਥੋਂ ਕਿਤੋਂ ਸਾਨੂੰ ਕਰਾਇਆ ਜਾਂਦਾ ਉੱਥੋਂ ਡਬਲ ਚਿਕਨ ਦੇਖ ਕੇ ਉਂਗਲੀਆਂ ਬਾਜ਼ ਨਾਲ ਦੱਬ ਕੇ ਜਿਹੜਾ ਪਸਰ ਉਹ ਚੰਗੇ ਟਾਇਟ ਕਵਰ ਕਰਨ ਤੋਂ ਬਾਅਦ ਜਿਹੜਾ ਬੈਗ ਦਾੜਾ ਲਗਾਉਣਾ ਅੱਧਾ ਸੱਜੋਂ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਬਲੱਡ ਨੂੰ ਸਾਫ਼ ਕਰਕੇ ਲਗਾ ਦੇਣਾ। ਅਤੇ ਨਾਲ ਨਾਲ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ। ਅਤੇ ਨਾਲ ਨਾਲ ਬਾਕੀ ਪੱਗ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ। ਜਲਦੀ ਨੰਬਰ ਲੈ ਕੇ ਆ ਲੈਂਦੇ ਹਾਂ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।